ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਹਾਂ, ਜਿੱਥੇ ਇੱਕ ਸਿਕਲੀਕਰ ਪਰਿਵਾਰ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਹੀ ਸ਼ਸਤਰ ਬਣਾਉਂਦਾ ਆ ਰਿਹਾ। ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸ਼ਸਤਰ ਬਣਾ ਕੇ ਦਿੰਦੇ ਰਹੇ ਨੇ, ਕਾਠ ਦੀ ਤੋਪ ਬਣਾ ਕੀਤੀ, ਲੱਕੜ ਦੀ ਤੋਪ ਬਣਾ ਕੀਤੀ, ਅੱਜ ਵੀ ਪਰਿਵਾਰ ਸ਼ਸਤਰ ਜਿਹੜੇ ਕਿ ਬਣਾ ਕੇ ਦੇ ਰਿਹਾ। ਤੁਹਾਨੂੰ ਤਸਵੀਰ ਦਿਖਾ ਦਿੰਦੇ ਹਾਂ ਕਿਸ ਤਰੀਕੇ ਦੇ ਨਾਲ ਇੱਕੋ ਕਤਾਰ ਦੇ ਵਿੱਚ ਹੀ ਇੱਕ ਪੂਰਾ ਪਰਿਵਾਰ ਸ਼ਸਤਰ ਬਣਾਉਂਦਾ ਹੋਇਆ ਨਜ਼ਰ ਆ ਰਿਹਾ। ਨੇਜੇ, ਕਿਰਪਾਨਾਂ, ਜਿੰਨੇ ਵੀ ਸ਼ਸਤਰ ਤਮਾਮ ਹੁੰਦੇ ਨੇ ਜਾਂ ਨਾਗਣੀ ਵਰਛਾ ਕਹਿ ਦਈਏ, ਉਹ ਪਰਿਵਾਰ ਬਣਾ ਰਿਹਾ ਲਗਾਤਾਰ 400 ਸਾਲਾਂ ਤੋਂ। ਇਹ ਪਰਿਵਾਰ ਸ਼ਸਤਰ ਬਣਾਉਂਦਾ ਨਿਰੰਤਰ ਨਜ਼ਰ ਆ ਰਿਹਾ। ਤਸਵੀਰਾਂ ਰਾਹੀਂ ਤੁਸੀਂ ਦੇਖ ਪਾ ਰਹੇ ਹੋ ਕਿਸ ਤਰੀਕੇ ਨਾਲ ਹਜੇ ਤੱਕ ਉਹੀ ਵਿਰਸਾ ਸਾਂਭ ਕੇ ਰੱਖਿਆ ਹੋਇਆ। ਹੱਥੀਂ ਬਣਾਏ ਜਾਂਦੇ ਨੇ ਸ਼ਸਤਰ, ਲੋਹੇ ਨਾਲ ਘੜ ਕੇ ਸ਼ਸਤਰਾਂ ਨੂੰ ਬਣਾਇਆ ਜਾ ਰਿਹਾ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਇਸ ਪਰਿਵਾਰ ਦੇ ਕੁਛ ਜੀ ਨੇ, ਕਦੋਂ ਤੋਂ ਇਹ ਸ਼ਸਤਰ ਬਣਾਏ ਨੇ ਅਤੇ ਕੀ ਇਹਨਾਂ ਦਾ ਮਕਸਦ ਆ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਦੋਂ ਕਦਾ ਕੰਮ ਕਰ ਰਹੇ ਹੋ ਜਿਹੜਾ ਸ਼ਸਤਰ ਬਣਾਉਣ ਦਾ ਕੰਮ ਆ ਤੁਹਾਡਾ? ਜੋ ਇਹ ਸ਼ਸਤਰ ਬਣਾਉਣ ਤੋਂ ਅਸੀਂ ਕਰ ਰਹੇ ਹਾਂ, 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਅਸੀਂ ਉਦੋਂ ਦੇ ਸ਼ਸਤਰ ਬਣਾਉਂਦੇ ਆ ਰਹੇ ਹਾਂ। ਕਿੱਦਾਂ ਸ਼ਸਤਰ ਬਣਾ? ਉਦੋਂ ਸਾਰੀ ਚੀਜ਼ਾਂ ਬਣਾ ਕੇ ਦਿੰਦੀ ਸੀ, ਗੋਲਾ, ਬਰੂਦ, ਤੋਪਾਂ, ਬੰਦੂਕਾਂ, ਸਾਰੀ ਚੀਜ਼ਾਂ, ਟੋਪੀਦਾਰ ਬੰਦੂਕ, ਤੋੜੇਦਾਰ ਬੰਦੂਕ, ਗੋਲਾ, ਬਰੂਦ, ਸਾਰੀ ਚੀਜ਼ਾਂ ਮਹਾਰਾਜ ਨੂੰ ਬਣਾ ਕੇ ਦਿੰਦੇ ਸੀ। ਤਲਵਾਰਾਂ ਵੀ, ਬਰਛੇ ਵੀ, ਗਨਾਸੇ ਵੀ, ਨਿੱਜੇ ਵੀ, ਔਰ ਸਾਰੀ ਚੀਜ਼ਾਂ ਬਣਾ ਕੇ ਦਿੰਦੇ ਸੀ ਮਹਾਰਾਜ ਨੂੰ। ਮਹਾਰਾਜ ਨੇ ਤਾਂ ਕੋਈ ਵਾਰ ਵੀ ਦਿੱਤਾ ਹੋਊਗਾ ਤਾਂ ਹੀ ਅੱਜ ਪਰਿਵਾਰ ਹਜੇ ਤੱਕ ਸ਼ਸਤਰ ਬਣਾ। ਮਹਾਰਾਜ ਨੂੰ ਪਹਿਲੇ ਤਾਂ ਇੱਕ ਤਲਵਾਰ ਬਣਾ ਕੇ ਦਿੱਤੀ ਸੀ, ਅਸੀਂ ਲੱਖੀ ਸਾਹਿਬ ਬੰਜਾਰੇ ਦੇ ਅੰਸ਼ ਦੇ ਵਿੱਚਾਂ ਸੀ। ਲੱਖੀ ਸਾਹਿਬ ਬੰਜਾਰੇ ਸੀ, ਉਹ ਰਾਜਸਥਾਨ ਦਾ ਰਹਿਣ ਵਾਲਾ ਸੀ। ਅੱਜ ਦੇ ਜਿਹੜੇ ਇਤਿਹਾਸ ਲੱਖੀ ਸਾਹਿਬ ਬੰਜਾਰਾ ਦਾ, ਰਾਜਸਥਾਨ ਦਾ ਇਤਿਹਾਸ ਨਹੀਂ ਖੋਲਦੇ ਵੀ ਕਿੱਥੇ ਦਾ ਇਹਨੇ ਰਹਿਣ ਵਾਲਾ ਹੈ, ਔਰ ਕਿੱਥੇ ਦਾ ਇਹਨਾਂ ਦਾ ਜਨਮ ਸਥਾਨ ਹੈ, ਕਿੱਥੇ ਦਾ ਇਹਨਾਂ ਦਾ ਪਰਿਵਾਰ ਰਹਿੰਦਾ ਹੈ। ਇਹ ਅੱਜ ਦੇ ਸੰਤ ਮਹਾਤਮਾ ਜੇ ਫਕੀਰ ਪ੍ਰਚਾਰੀ ਨੂੰ ਉਹ ਪ੍ਰਚਾਰ ਨਹੀਂ ਕਰਦੇ ਸਾਡਾ। ਤੋ ਅਸੀਂ ਮਹਾਰਾਜ ਨੂੰ ਜਦੋਂ ਸੱਦਿਆ, ਮਹਾਰਾਜ ਨੇ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਨੇ, ਅਸੀਂ ਚਿਤੌੜਗੜ੍ਹ ਰਹਿੰਦੇ ਰਾਜਸਥਾਨ, ਹਾਂ, ਉੱਥੇ ਸਾਨੂੰ ਸੱਦ ਕੇ ਬੁਲਾਇਆ। ਮੁਸਲਮਾਨ ਜਿਹੜੇ ਸੀ ਉਹ ਕੱਚੇ ਬਣਾ ਕੇ ਦਿੰਦੇ ਸੀ, ਕਾਰੀਗਰ 16 ਪ੍ਰਕਾਰ ਦੇ ਸੀ ਮਹਾਰਾਜ ਕੋਲ, 16 ਪ੍ਰਕਾਰ ਦੇ ਕਾਰੀਗਰ ਸੀ। ਕੋਈ ਰਾਮਗੜ੍ਹੀਆ ਸੀ, ਕੋਈ ਹੋਰ ਪ੍ਰਕਾਰ ਦੇ, ਕਿੰਨੇ ਸੁਨਿਆਰੇ ਵੀ ਸੀ, ਸੋਨਾ ਦੀ ਕਢਾਈ ਵੀ ਕਰਦੇ ਸੀ, ਸਾਰੀ ਕਲਾ ਕਰਦੇ ਸੀ। ਮਹਾਰਾਜ ਨੂੰ ਇੱਕ ਤਲਵਾਰ ਬਣਾ ਕੇ ਦਿੱਤੀ, ਉਹਦੇ ਵਿੱਚ ਮਹਾਰਾਜ ਦਾ ਸਰੂਪ ਦਿਸਿਆ ਤਲਵਾਰ ਦੇ ਵਿੱਚ, ਤੋ ਉਹ ਰੱਖਦੇ ਸਾਡੇ ਨਾਂ ਰੱਖਿਆ ਸਿਕਲਗਰ ਪਰਿਵਾਰ। ਹਾਂ, ਪਹਿਲੇ ਅਸੀਂ ਬੰਜਾਰੇ ਸੀ। ਤੋ ਮਹਾਰਾਜ ਲੈ ਕੇ ਜਿਹੜੇ ਤੁਸੀਂ ਚੀਜ਼ ਦੇਖ ਲਓਗੇ ਨਾ ਰੂਪ, ਉਹੀ ਚੀਜ਼ ਤੁਸੀਂ ਤਿਆਰ ਕਰ ਦਿਓਗੇ, ਜਿਹੜੀ ਤੁਸੀਂ ਦਿਖਾ ਦਿਓਗੇ ਨਾ ਸਾਨੂੰ, ਉਹੀ ਚੀਜ਼ ਅਸੀਂ ਬਣਾ ਕੇ ਦੇਵਾਂਗੇ। ਕਿੰਨੀ ਪੀੜ੍ਹੀ ਹੁਣ ਕੰਮ ਕਰ ਰਹੀ ਹੈ ਸ਼ਸਤਰਾਂ ਦੇ ਵਿੱਚ? ਇਹ ਹੁਣ ਲਾ ਲਓ 6ਵੇਂ ਪਾਤਸ਼ਾਹ ਹਰਗੋਬਿੰਦ ਤੋਂ ਲੈ ਕੇ, ਫਿਰ ਉਹਦੇ ਬਾਅਦ ਮਹਾਰਾਜ 10ਵੇਂ ਪਾਤਸ਼ਾਹ ਜੀ ਆਏ, ਜੰਗ ਕੀ ਉਹਨਾਂ ਨੇ, ਮਹਾਰਾਜ 6ਵੇਂ ਪਾਤਸ਼ਾਹ ਨੇ ਕੀਤੀ ਹੈ ਜੰਗਾਂ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਹੈ ਜੰਗਾਂ। ਇਹਨਾਂ ਨੂੰ ਲੋੜ ਪਈ ਸੀ ਸ਼ਸਤਰਾਂ ਦੀ, ਤਾਂ ਮਹਾਰਾਜ ਨੇ ਆਖਿਆ ਵੀ ਤੁਹਾਡਾ ਜਿੰਦਾ ਬੱਚਾ ਹੀ ਮਿਸਤਰੀ ਹੋਊਗਾ, ਉਹ ਵੇਖੋ ਕਿਵੇਂ ਕਰੀ ਜਾਂਦੇ ਕੰਮ, ਸਾਡਾ ਜਵਾਕ ਮਿਸਤਰੀ ਹੋਊਗਾ, ਹਾਂ ਮਿਸਤਰੀ ਹੈ, ਵੇਖ ਕਰੀ ਜਾਂਦੇ, ਵੇਖੋ ਬਣਾਈ ਜਾਂਦੇ ਨੇ। ਕਿੰਨੇ ਜਣੇ ਜਿਹੜੇ ਕਿੰਨੇ ਜੀ ਇੱਥੇ ਸ਼ਸਤਰ ਬਣਾਉਣ ਵਾਸਤੇ ਆਏ? ਦੇਖਿਆ ਕਤਾਰ ਲੱਗੀ ਹੋਈ ਹੈ ਪੂਰੀ। ਮੈਂ ਪੁੱਜ ਗਿਆ, ਕਿਵੇਂ ਕਿੰਨੇ ਜੀ ਕਰਦੇ ਆਏ ਆ ਜਿਹੜੇ ਸ਼ਸਤਰ ਬਣਾ ਰਹੇ? ਦੇਖਿਆ ਕਤਾਰ ਲੱਗੀ, ਇਹ 6 ਚਾਚੇ ਨੇ ਮੇਰੇ,
ਹਾਂ ਛਿਆਂ ਦੀ ਅੱਗੇ ਔਲਾਦ ਹੈ, ਕਿਸੇ ਦਾ ਪੰਜ ਹੈ, ਕਿਸੇ ਦੇ ਚਾਰ ਹਨ, ਕਿਸੇ ਦੇ ਸੱਤ ਹਨ, ਸੱਤ ਸੱਤ ਵੀ ਹਨ ਸਾਡੇ। ਅਸੀਂ ਪੂਰੀ ਪੂਰੀ ਫੌਜ ਬਣਾਉਂਦੇ ਹਾਂ, ਤੁਸੀਂ ਤਾਂ ਦੋ ਦੋ ਕਰਦੇ ਹਾਂ, ਅਸੀਂ ਦੋ ਨਹੀਂ ਕਰਦੇ, ਅਸੀਂ ਪੂਰੀ ਫੌਜ ਬਣਾਉਂਦੇ, ਸਿੱਖੀ ਸਰੂਪ ਦੇ ਵਿੱਚ ਸਾਡੇ ਬੱਚੇ ਆ ਵੇਖ ਲਿਓ। ਅਗਲੀ ਪੀੜ੍ਹੀ ਵੀ ਹੈ ਕੋਈ ਸ਼ਸਤਰਾਂ ਦੇ ਵਿੱਚ, ਜਿਵੇਂ ਛੋਟੇ ਛੋਟੇ ਜਵਾਕ ਹੈ? ਇਹ ਹੁਣੇ ਹੁਣੇ ਤਿਆਰ ਕਰਕੇ ਦੱਸ ਦੂਗਾ ਤੈਨੂੰ। ਔਰ ਸਾਡੇ ਹੁਣ ਅਸੀਂ ਤਾਂ ਸਾਰੇ ਤਰੀਕੇ ਦੇ ਸ਼ਸਤਰ ਬਣਾ ਦਿੰਦੇ ਹਾਂ, ਇਹੀ ਬਣਾਉਂਦੇ ਹਾਂ ਅਸੀਂ ਤਾਂ ਨੇਜੇ ਬਰਸੀਆਂ। ਹਾਂ ਇਹ ਨਾਗਣੀ ਬਾਬਾ ਪਚੱਤਰ ਸਿੰਘ ਦੀ ਜਿਹੜੇ ਹੱਥੀ ਦੇ ਮਾਰੀ ਸੀ ਲੋਹਗੜ ਕਿਲ੍ਹੇ ਦੇ ਵਿੱਚ। ਹਾਂ ਤਵੀਆਂ ਪਾਰ, ਕੱਦ ਛੋਟਾ ਸੀ ਬਾਬਾ ਪਚੱਤਰ ਸਿੰਘ ਦਾ, ਛੋਟੇ ਦੂਜੇ ਭਰਾ ਨੇ ਘੋੜੀ ਦੀ ਰਬਾਬ ਪਕੜੀ, ਬਾਬਾ ਪਚੱਤਰ ਸਿੰਘ ਖੜਾ ਹੋ ਕੇ ਨਾਗਣੀ ਮਾਰੀ, ਖੜੇ ਹੋ ਗਏ ਉੱਤੇ। ਹੁਣ ਕੀ ਕੰਮ ਵਧੀਆ ਚੱਲਦਾ ਜਾਂ ਕੀ ਮੰਗ ਕਰ ਰਹੇ ਹੋ ਕਿ ਜੋ ਸਿੱਖਾਂ ਦੇ ਜਿੰਨੇ ਵੀ ਪਰਿਵਾਰ ਨੇ, ਕਹਿ ਦੇਖਣ ਨੂੰ ਤਾਂ ਲੱਗ ਰਿਹਾ ਵੀ ਹਾਲਾਤ ਬਹੁਤੇ ਵਧੀਆ ਨੇ, ਤੁਸੀਂ ਮੈਂ ਤੁਹਾਡੇ ਤੋਂ ਪਹਿਲਾਂ ਵੀ ਜਾਣਿਆ ਸੀਗਾ ਕਿ ਤੇਗਾ ਬਣਾਉਂਦੇ ਹੋ ਤੁਸੀਂ ਕਿ ਨਹੀਂ, ਕਿਉਂਕਿ ਉਹ 'ਚ ਕੰਮ ਨੀਗਾ, ਕੀ ਮੰਗ? ਅਸੀਂ ਇਹ ਮੰਗ ਕਰਦੇ ਹਾਂ, ਜਿਹੜੇ ਸਾਡੇ ਹਿੰਦੁਸਤਾਨ ਦੀ ਕੋਈ ਸਟੇਟ ਖਾਲੀ ਨਹੀਂ ਹੈ ਜਦ ਸਾਡਾ ਸਿਗਲੀਗਰ ਹੈ ਹੀ ਨਹੀਂ। ਦੀ ਸਟੇਟ ਹੈ ਨਾ, ਸਾਰੀ ਥਾਂ ਦੇ ਸਟੇਟਾਂ ਦੇ ਵਿੱਚ ਬਸ ਰਹੇ ਨੇ ਸਾਡੇ ਸਿਗਲੀਗਰ। ਹੁਣ ਮੰਨ ਲਓ ਤਾਂ ਤਨ ਸਾਡੇ ਸਿਗਲੀਗਰ ਨੇ, ਕੋਈ ਚਾਕੂ ਬਣਾਉਂਦਾ, ਕੋਈ ਤਾਲਾ ਬਣਾ ਰਿਹਾ, ਕੋਈ ਪੱਠਲ ਬਣਾ ਰਿਹਾ, ਖੰਨੇ ਚਲ ਜਾਓ, ਪਟਿਆਲੇ ਚਲ ਜਾਓ, ਕੋਈ ਚਾਕੂ ਛੁਰੀ ਬਣਾ ਰਹੇ ਨੇ, ਉਹ ਇੱਕ ਨੰਬਰ ਦੇ ਮਿਸਤਰੀ ਹਨ। ਪਰ ਉਹਨਾਂ ਨੂੰ ਸਾਰਿਆਂ ਨੂੰ ਸਾਨੂੰ ਨੌਕਰੀ ਮਿਲ ਜਾਵੇ ਨਾ ਸਰਕਾਰ ਵੱਲੋਂ, ਤਾਂ ਸਾਨੂੰ ਰੋਲਣ ਦੀ ਲੋੜ ਨਹੀਂ ਹੈ, ਸਾਨੂੰ ਨੌਕਰੀ ਮਿਲ ਜਾਵੇ। ਤਾਂ ਹੁਣ ਪੰਜਾਬ ਸਰਕਾਰ ਇੱਥੇ ਦੇ ਜਿਹੜੇ ਇੱਥੇ ਰਹਿ ਰਹੇ ਨੇ ਸਿਗਲੀਗਰ, ਇਹਨਾਂ ਨੂੰ ਨੌਕਰੀ ਦੇਵੇ। ਹੁਣ ਰਾਜਸਥਾਨ ਸਰਕਾਰ ਉਹ ਵੀ ਸਾਨੂੰ ਨੌਕਰੀ ਦੇਵੇ ਅਸਲਾ ਬਣਾਉਣ ਦੀ। ਅਸੀਂ ਪੂਰੇ ਅਸਲਾ, ਪੂਰੀ ਟੋਪੀਦਾਰ ਬੰਦੂਕ, ਪੂਰੀ ਚੋਟੀ ਦੀ ਬਣਾ ਕੇ ਦੇਵਾਂਗੇ ਅਸੀਂ, ਪਰ ਅਸੀਂ ਹੁਣ ਬਣਾ ਨਹੀਂ ਸਕਦੇ, ਸਰਕਾਰ ਤੋਂ ਬਾਕੀ ਨਹੀਂ ਹੋ ਸਕਦੇ ਅਸੀਂ, ਬਿਲਕੁਲ ਸਰਕਾਰ ਦੇ ਹੁਕਮ ਦੇ ਵਿੱਚ ਚੱਲਾਂਗੇ ਅਸੀਂ। ਇੱਕ ਪੂਰਾ ਪਰਿਵਾਰ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਉਸ ਵਕਤ ਤੋਂ ਹੀ ਪਰਿਵਾਰ ਸ਼ਸਤਰ ਬਣਾਉਂਦਾ ਆ ਰਿਹਾ, ਅੱਜ ਤੱਕ ਇਹ ਪਰਿਵਾਰ ਸ਼ਸਤਰ ਬਣਾ ਰਿਹਾ। ਪਰਿਵਾਰ ਨੂੰ ਨਾਮ ਜਿਹੜਾ ਸਿਗਲੀਗਰ ਨਾਮ ਗੁਰੂ ਹਰਗੋਬਿੰਦ ਪਾਤਸ਼ਾਹ ਵੱਲੋਂ ਦਿੱਤਾ ਗਿਆ, ਅਤੇ ਵਰ ਮਿਲਿਆ ਹੋਇਆ ਕਿ ਇਹਨਾਂ ਦਾ ਬੱਚਾ ਬੱਚਾ ਜਾ ਕੇ ਸ਼ਸਤਰ ਬਣਾਊਗਾ। ਅੱਜ ਵੀ ਦੱਸਿਆ ਜਾ ਰਿਹਾ ਬਜ਼ੁਰਗਾਂ ਵੱਲੋਂ ਇਹਨਾਂ ਦੇ ਕਿ ਬੱਚੇ ਅੱਜ ਤੱਕ ਜਿਹੜਾ ਛੋਟਾ ਬੱਚਾ ਵੀ ਆ ਉਹ ਨੇਜੇ ਕਿਰਪਾਨਾਂ ਬਣਾਉਂਦਾ ਹੋਇਆ ਨਜ਼ਰ ਆਉਂਦਾ। ਕੈਮਰਾ ਪਰਸਨ ਅਮਿਤ ਨਾਲ ਮੈਂ ਦਿਲਜੀਤ ਸਿੰਘ, ਲਿਵਿੰਗ ਇੰਡੀਆ ਨਿਊਜ਼, ਫਤਿਹਗੜ੍ਹ ਸਾਹਿਬ।